ਲਓ ਜੀ ਅਸਲਾਮ ਵਾਲੇਕਮ ਜੀ। ਅੱਜ ਈਦ ਮਿਲਾਦ ਨਬੀ ਦਾ ਦਿਨ ਹੈ ਮਾਸ਼ਾਅੱਲਾ। ਅਤੇ ਅੱਜ ਮੈਂ ਮਸਜਿਦ ਦੇ ਵਿੱਚ ਗਿਆ ਸੀ ਅਤੇ ਮਸਜਿਦ ਦੇ ਵਿੱਚ ਨਾ ਨਬੀ ਪਾਕ ਦੇ ਨਾਮ ਦਾ ਅਸੀਂ ਕੇਕ ਕੱਟਿਆ। ਉਹ ਬੱਚੇ ਵੀ ਮੇਰੇ ਨਾਲ ਸੀ ਅਤੇ ਬੱਚੇ ਕਹਿ ਗਏ ਪਾਪਾ ਜੀ ਅਸੀਂ ਵੀ ਆਪਣੇ ਘਰ ਜਾ ਕੇ ਨਾ ਅਤੇ ਕੇਕ ਕੱਟੀਏ, ਕਿਉਂਕਿ ਈਦ ਮਿਲਾਦ ਨਬੀ ਦੇ ਦਿਨ ਬਰਕਤ ਵਾਲਾ ਦਿਨ ਹੈ। ਅਤੇ ਕਹਿੰਦੇ ਪਾਪਾ ਜੀ ਅਸੀਂ ਨਾ ਅਸੀਂ ਵੀ ਘਰ ਨਾਲ ਕੇਕ ਲਿਆ ਕੇ ਅਤੇ ਨਬੀ ਪਾਕ ਦੇ ਨਾਮ ਨਾਲ ਅਸੀਂ ਨਾ ਕੇਕ ਕੱਟਣਾ। ਅਤੇ ਇਸ ਵਾਸਤੇ ਮੈਂ ਕੇਕ ਲੈ ਕੇ ਆਏ, ਉਹ ਬੱਚੇ ਇਕੱਠੇ ਹੋਏ ਨੇ ਅਤੇ ਅਸੀਂ ਅੱਜ ਘਰ ਵੀ ਕੇਕ ਕੱਟਣਾ ਇਹਦੇ ਨਾਲ ਮਾਸ਼ਾਅੱਲਾ ਜੀ। ਸੁਭਾਨ ਅੱਲਾਹ ਜੀ ਮਾਸ਼ਾਅੱਲਾ, ਅੱਜ ਬੜੀ ਖੁਸ਼ੀ ਦੇ ਦਿਨ ਨੇ ਅਤੇ ਤੁਸੀਂ ਵੀ ਆਪਣੇ ਘਰ ਐਵੇਂ ਖੁਸ਼ੀਆਂ ਮਨਾਇਆ ਕਰੋ ਬੱਚਿਆਂ ਦੇ ਨਾਲ, ਅਤੇ ਬੱਚੇ ਵੀ ਖੁਸ਼ ਅਸੀਂ ਖੁਸ਼। ਮਾਸ਼ਾਅੱਲਾ ਜੀ ਖੁਸ਼ੀ ਦੇ ਦਿਨ ਅਤੇ ਅੱਲਾਹ ਪਾਕ ਹਰ ਕਿਸੇ ਨੂੰ ਇਸ ਖੁਸ਼ੀ ਦੇ ਵਿੱਚ ਸ਼ਾਮਿਲ ਹੋਣ ਦੀ ਤੌਫੀਕ ਅਤਾ ਫਰਮਾਏ। ਠੀਕ ਹੈ, ਆਮੀਨ ਜੀ। ਓਕੇ ਜੀ, ਫਿਰ ਅੱਲਾਹ ਹਾਫਿਜ਼।